ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਸੋ ਅੱਜ ਆਪਾਂ ਕਿਤੇ ਘੁੰਮਣ ਜਾ ਰਹੇ ਹਾਂ ਅਸਲ ਦੇ ਵਿੱਚ ਤੇ ਘੁੰਮਣ ਵੀ ਜਾ ਰਹੇ ਹਾਂ ਆਪਾਂ ਕਿਸੇ ਨੂੰ ਮਿਲਣ ਵੀ ਜਾ ਰਹੇ ਹਾਂ ਹੈ ਨਾ ਸੋ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਅਸੀਂ ਕਿਹਨੂੰ ਮਿਲਣ ਜਾ ਰਹੇ ਹਾਂ ਬੇਸਿਕਲੀ ਬਹੁਤ ਸਾਰੇ ਲੋਕ ਉਹਨਾਂ ਨੂੰ ਹੁਣ ਜਾਣਦੇ ਆ ਹੈ ਨਾ ਹੁਣ ਕਾਫੀ ਜ਼ਿਆਦਾ ਉਹਨਾਂ ਨੂੰ ਜਾਣਨ ਲੱਗ ਗਿਆ ਬਹੁਤ ਵਧੀਆ ਨਾਈਸ ਬੰਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਅਸੀਂ ਵੀ ਫਸਟ ਟਾਈਮ ਉਹਨੂੰ ਮਿਲਣ ਜਾ ਰਹੇ ਹਾਂ ਅਤੇ ਉਹਦੀ ਆਪਾਂ ਜਿਹੜੀ ਉਹ ਸਿਟੀ ਦੇ ਵਿੱਚ ਰਹਿੰਦਾ ਉੱਥੇ ਆਪਾਂ ਵਿਜ਼ਿਟ ਕਰਨਾ ਉੱਥੋਂ ਦਾ ਥੋੜ੍ਹੀ ਜਿਹੀ ਆਪਾਂ ਨੌਲੇਜ ਗੇਨ ਕਰਨੀ ਆ ਲਾਈਕ ਉਹ ਬਰੈਂਪਟਨ ਨਾਲ ਕਿੰਨਾ ਕੁ ਫਰਕ ਆ ਉੱਥੇ ਜੇ ਆਪਾਂ ਮੂਵ ਹੋਣਾ ਕਿਉਂਕਿ ਬਰੈਂਪਟਨ ਦੇ ਵਿੱਚ ਥੋੜ੍ਹੇ ਜਿਹੇ ਖਰਚੇ ਐਕਸਪੈਂਸ ਜ਼ਿਆਦਾ ਹੋਏ ਪਏ ਘਰ ਘੁਰ ਮਹਿੰਗੇ ਹੋਏ ਪਏ ਆ ਸੋ ਅਸੀਂ ਪਲਾਨ ਕਰਦੇ ਸੀ ਉੱਥੇ ਮੂਵ ਹੋਣ ਬਾਰੇ ਸੋਚ ਰਹੇ ਸੀ ਸੋ ਪਹਿਲਾਂ ਸੋਚਿਆ ਜੀ ਵਿਜ਼ਿਟ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਸਾਨੂੰ ਫਿਰ ਉੱਥੇ ਉਹਨਾਂ ਬਾਈ ਜਿਹਨਾਂ ਨੂੰ ਆਪਾਂ ਮਿਲਣਾ ਹੈ ਨਾ ਉੱਥੇ ਰਹਿੰਦੇ ਆ ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਉੱਥੇ ਦੇਖਾਂਗੇ ਵੀ ਉੱਥੋਂ ਦਾ ਕੀ ਹਿਸਾਬ ਕਿਤਾਬ ਆ ਹੈ ਨਾ ਖਰਚੇ ਖੁਰਚੇ ਕਿੰਨੇ ਗਾ ਪਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਸੋ ਚਲੋ ਚੱਲਦੇ ਹਾਂ ਹੁਣ ਆਪਾਂ ਇੱਥੇ ਅਤੇ ਦਿਖਾਉਂਦੇ ਹਾਂ ਤੁਹਾਨੂੰ ਇਹ ਸਿਟੀ ਜਿੱਥੇ ਅਸੀਂ ਆਏ ਹਾਂ ਅਤੇ ਉਸ ਉਹਨਾਂ ਨਾਲ ਵੀ ਮਿਲਾਵਾਂਗੇ ਜਿਹਨਾਂ ਨੂੰ ਅਸੀਂ ਮਿਲਣ ਆਏ ਚਲੋ ਚੱਲੀਏ ਜੀ ਅਤੇ ਬਾਈ ਬਣ ਕੇ ਸਾਰੇ ਸਪੋਰਟ ਕਰਿਆ ਕਰੋ ਯਾਰ, ਇਕੱਲਾ ਮੈਨੂੰ ਨਾ ਦੇਖੀ ਚਲੋ, ਮੇਰੇ ਪੱਲੇ ਇੰਨਾ ਵੀ ਕੁਛ ਹੈ ਨਹੀਂ, ਹਰ ਮੇਰੇ ਨਾਲੋਂ ਵੱਧ ਟੈਲੈਂਟ ਪਿਆ ਇੱਥੇ, ਪਰ ਮੌਕਾ ਜਦੋਂ ਦਿੰਦੇ ਨੇ ਨਾ ਤਾਂ ਹਰੇਕ ਚੈਨਲ ਡਿਲੀਟ ਕਰਕੇ ਆਪਦਾ ਚਲਾ ਜਾਂਦਾ, ਫਿਰ ਆਪਾਂ ਵੱਡਿਆਂ ਨੂੰ ਹੀ ਅੱਗੇ ਲਿਆਉਂਦੇ ਹਾਂ ਵੀ ਉਹੀ ਅੱਗੇ, ਨਹੀਂ 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 ਸਾਰਿਆਂ ਨੂੰ ਮੌਕਾ ਦਿਓ ਵੀਰ ਬਣ ਕੇ। ਚਲੋ ਹੁਣ ਆਪਾਂ ਬਹੁਤ ਗੱਲਾਂ ਕਰ ਲਈਆਂ, ਹੁਣ ਘੁਮਾ ਦਈਏ, ਆ ਜਾਓ ਜੀ। ਸੋ ਦੇਖੋ ਜੀ, ਸਾਡਾ ਤੁਸੀਂ ਬਰੈਂਪਟਨ ਤੋਂ ਆਏ ਨੇ ਵੀਰ, ਇਹਨਾਂ ਨੂੰ ਪੁੱਛਦੇ ਸੀ ਕਿਵੇਂ ਲੱਗਿਆ ਫਿਰ ਸਾਡਾ ਸ਼ਹਿਰ। ਬਹੁਤ ਜ਼ਿਆਦਾ ਸੋਹਣਾ ਬਾਈ, ਬਰੈਂਪਟਨ ਦਾ ਕਾਫੀ ਜ਼ਿਆਦਾ ਫਰਕ ਨਹੀਂ ਗਿਆ। ਹਾਂ ਭਾਈ, ਇੱਕ ਗੱਲ ਕਵਰ ਕਰਨੀ ਭੁੱਲ ਗਿਆ ਸੀ ਮੈਂ ਉਹ ਵੀਡੀਓ ਦੇ ਵਿੱਚ, ਇੰਸ਼ੋਰੈਂਸ ਦਾ ਇੱਥੇ ਬਹੁਤ ਫੱਕੇ ਦੀ। ਇੰਸ਼ੋਰੈਂਸ ਕਿੰਨੀ ਆਉਂਦੀ ਤੇਰੀ? ਤਾਂ ਘੱਟ ਹੀ ਆਉਂਦੀ ਹੋਊਗੀ, ਤੂੰ ਪੁਰਾਣਾ। ਨਹੀਂ ਮੇਰੀ ਫਿਰ ਵੀ ਇੰਸ਼ੋਰੈਂਸ 11 ਮਹੀਨਿਆਂ ਦੀ $310 $310 ਮੇਰੀ ਹੈਗੀ ਜੀ $202, ਇੰਨਾ ਕੁ ਫਰਕ ਆ ਹੈ ਨਾ। ਅਤੇ ਗੱਡੀ ਵੀ ਜਿਵੇਂ 30,000 ਤੋਂ ਪਲੱਸ ਆ, ਅਤੇ ਬਾਈ ਦੀ ਗੱਡੀ ਵੀ ਸਸਤੀ ਆ। ਮਤਲਬ ਜਿਵੇਂ ਆਪਾਂ ਗੱਡੀ ਜਿਵੇਂ ਮੁਸਟੈਂਗ ਹੋ ਗਈ ਜਾਂ ਡੋਜ ਚੱਕਣੀ ਜਾਂ ਆਹ ਸਿਟੀ 'ਚ ਆ ਕੇ, ਤਾਂ ਇੰਸ਼ੋਰੈਂਸ ਬਿਲਕੁਲ ਬਹੁਤ ਲੋਅ ਆ। ਇੱਥੇ ਲੋਕ $60 ਹੀ ਭਰਦੇ ਆ, ਮੇਰੇ ਓਨਰ ਦੀ $90 ਆ, ਨਾਲੇ ਤੁਹਾਡੇ ਗੱਡੀ ਵੱਡੀ ਆ। ਸੋ ਪੁਰਾਣਾ ਤੁਹਾਡਾ ਇਹ ਵੀ ਦੇਖਦੇ ਨੇ ਸਿਟੀ 'ਚ ਭਾਈ, ਘਰਾਂ ਘਰਾਂ ਦਾ ਕੀ ਹਿਸਾਬ ਕਿਤਾਬ? ਘਰ ਜਿਹੜੇ ਹੈਗੇ ਨੇ ਭਾਅ ਜੀ ਇੱਥੇ, ਘਰ ਜਿਹੜੇ ਪੁਰਾਣੇ ਨੇ,
ਉਹ ਹੈਗੇ ਨੇ ਉਹ ਤਾਂ ਸਸਤੇ ਨੇ 5-6 ਜਿਹੜੇ ਹੁਣ ਜਿਹਦੇ ਘਰ ਚ ਅਸੀਂ ਰਹਿੰਦੇ ਹਾਂ ਉਹ ਨਵਾਂ ਘਰ ਆ 4 ਸਾਲ ਪੁਰਾਣੇ ਨੂੰ ਨਵੀਂ ਕਹਿੰਦੇ ਆ ਨਹੀਂ ਓਕੇ ਓਕੇ ਤੇ ਉਹ ਹੈਗਾ 1,000,000 ਪਰ ਉਹ 4-bedroom ਆ ਬਹੁਤ ਵੱਡਾ ਘਰ ਆ ਓਕੇ ਪਰ ਉੱਥੇ ਤੁਸੀਂ ਅੱਜ ਘਰ ਬੁੱਕ ਕਰਾਉਣਾ 1,000,000 ਚ ਪਰ ਬ੍ਰੈਂਪਟਨ ਜਿਹੜਾ 10-20 ਸਾਲ ਪੁਰਾਣਾ ਉਹ ਵੀ 1.5 million ਦਾ ਕਹਿਣ ਦਾ ਮਤਲਬ ਕਿ ਸੇਮ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਥੇ ਨਵਾਂ ਘਰ ਮਿਲ ਜੂ ਹਾਂ ਥੋੜਾ ਜਿਹਾ ਕਿਤੇ ਕਾਲਜ ਸਾਨੂੰ ਮੁਹਾਕ ਪੈਂਦਾ ਇੱਥੇ ਮਿਲਟਨ ਦਾ ਮੁਹਾਕ ਕਾਲਜ ਪੈਂਦਾ ਮਿਲਟਨ ਨੇੜੇ ਪੈਂਦਾ ਕਾਲਜ ਹੈ ਨਹੀਂ ਸੋ ਕਾਲਜ ਥੋੜੀ ਜੀ ਤਾਂ ਕਰਕੇ ਥੋੜਾ ਡਾਊਨ ਆ ਨਾਇਗਰਾ ਇੱਥੇ ਥੋੜਾ ਜਿਹਾ ਸਾਨੂੰ ਪੈਂਦਾ 70 ਕਿਲੋਮੀਟਰ ਓਕੇ ਓਕੇ ਰੈਂਟਿੰਗ ਆਪਸ਼ਨ ਰੈਂਟਿੰਗ ਆਪਸ਼ਨ ਬ੍ਰੈਂਪਟਨ ਥੋੜੀ ਸਸਤੀ ਹੈ ਬਾਲੀ ਨਹੀਂ ਓਕੇ ਮਤਲਬ ਐਗਜ਼ਾਮਪਲ ਜਿਵੇਂ ਫੋਰ ਐਗਜ਼ਾਮਪਲ $1,200 ਦੀ ਇੱਕ ਸਿੰਗਲ ਬੈਡਰੂਮ ਬੇਸਮੈਂਟ ਆ ਹਾਂਜੀ ਹਾਂਜੀ ਇੱਥੇ ਕੀ ਹਿਸਾਬ ਕਿਤਾਬ ਇੱਥੇ ਸਿੰਗਲ ਬੇਸਮੈਂਟ ਪਰ ਮੋਸਟਲੀ ਇੱਥੇ ਬੇਸਮੈਂਟ ਅਵੇਲੇਬਲ ਘੱਟ ਨੇ ਬਰਲਨ ਕਿਉਂਕਿ ਇੱਥੇ ਗੋਰਿਆਂ ਨੇ ਆਪਦੇ ਬੱਚਿਆਂ ਲਈ ਯੂਜ਼ ਲਾਈਆਂ ਹੋਈਆਂ ਨੇ ਤੇ ਇੱਥੇ ਲਗਭਗ ਤੁਸੀਂ ਕਹਿ ਸਕਦੇ ਹੋ ਵੀ ਜਿਵੇਂ 800 ਜੇ ਕਿਤੇ ਮਿਲਦੀ ਹੋਵੇ ਤੁਹਾਨੂੰ ਸਿੰਗਲ 800 ਚ 800-700 ਜਿਵੇਂ ਹੁਣ ਮੇਰੇ ਕੋਲੇ ਆ ਉਹ ਬੇਸਮੈਂਟ ਸਾਰੇ ਘਰ ਥੱਲੇ ਬਣੀ ਹੋਈ ਉਹਨਾਂ ਨੇ ਮਤਲਬ ਬੇਸਮੈਂਟ ਬਹੁਤ ਜ਼ਿਆਦਾ ਵੱਡੀ ਆ 16 ਬੰਦਿਆਂ ਦਾ 1300 ਠੀਕ ਓਕੇ ਰੈਨੋਵੇਸ਼ਨ ਉਹ ਨਵੀਂ ਕਰਾਈ ਆ ਉਹਨਾਂ ਨੇ ਜਮਾ ਸੋ 1300 ਨਾਟ ਬੈਡ ਤੇ ਕੰਮ ਕੁੰਮ ਦਾ ਵੀ ਕੋਈ ਚੱਕਰ ਨਹੀਂ ਮਿਲ ਜਾਂਦਾ ਕੰਮ ਬਾਹਾਂ ਬੱਲੇ ਬੱਲੇ ਕੰਮ ਤਾਂ ਵਾਧੂ ਲੱਭਣ ਵਾਲਾ ਚਾਹੀਦਾ ਬੰਦਾ ਬਸ ਕੰਮ ਓਬਵੀਅਸਲੀ ਇਹ ਛੋਟਾ ਟਾਊਨ ਆ ਜਿੰਨੀ ਪੋਪੂਲੇਸ਼ਨ ਘੱਟ ਹੋ ਕੰਮ ਤਾਂ ਹੁੰਦਾ ਹੀ ਆ ਪਰ ਰੈਸਟੋਰੈਂਟ ਹੈਗੇ ਨੇ ਪਰ ਇਹ ਕੈਸ਼ ਕੁਸ਼ ਇੱਧਰ ਇੱਧਰ ਨਹੀਂ ਪਰ ਇੱਕ ਚੀਜ਼ ਦੇਖੀ ਆ ਨਾ ਜਿਵੇਂ ਇਹ ਏਰੀਆ ਨਵਾਂ ਕਰਕੇ ਸੋਹਣਾ ਬਹੁਤ ਆ ਬਿਲਕੁਲ ਬਿਲਕੁਲ ਜੀ ਹਾਂ ਆਪਣੇ ਵਾਲੇ ਜਵਾਕ ਨੇ ਬੇ ਭਾਈ ਹੱਟ ਨਾ ਖਾ ਲਿਓ ਆਪਣਾ ਆ ਗਈ ਜਵਾਬ ਲੈਟ ਜੀ ਲੈਟ ਹੀ ਆ ਥੱਲੇ ਬਰਾਤ ਨੂੰ ਪਾਈ ਦੀਆਂ ਨੇ ਕਿੰਨਾ ਸੋਹਣਾ ਪਾਰਕ ਹੈ ਨਾ ਵੈਸੇ ਹਾਂ ਚੀਜ਼ ਡਿੱਗਣ ਤੋਂ ਬੱਚੇ ਦੇ ਜਿੱਦਾਂ ਕੋਈ 60 ਫੀਟ ਨਾ ਵੱਜੇ ਨਾ ਇੱਥੇ ਵੀ ਹੈਗੇ ਨੇ ਇੱਕ ਦੋ ਮਿੱਟੀ ਵਾਲੇ ਸਪੈਸ਼ਲ ਜਵਾਕਾਂ ਨੂੰ ਉਹ ਮੰਨ ਲੱਗਦਾ ਆਪਣੇ ਪੰਜਾਬੀਆਂ ਨੇ ਕਹਿ ਕੇ ਸਟਾਈ ਆ ਨਾ ਆਪਣੇ ਪੰਜਾਬੀ ਸਕੀ ਨਹੀਂ ਮਿੱਟੀ ਦੇ ਜਵਾਕ ਵੱਡੇ ਨਹੀਂ ਹੁੰਦੇ ਇਹ ਭਾਈ ਦੇਖ ਲੈ ਬਹਿ ਜਾ ਬਾਬੇ ਜੀ ਉੱਟਣਾ ਸੋਹਣਾ ਵੀ ਬਣਾ ਮੈਨੂੰ ਪਾਣੀ ਬੜਾ ਚੰਗਾ ਲੱਗਦਾ ਜਿਵੇਂ ਉਹ ਸਮੁੰਦਰ ਖੜਾ ਜੀ ਕੰਟੇਨਰ ਆ ਉਹਦੇ ਕੰਟੇਨਰ ਜਿਹੜੇ ਬਾਈ ਕੰਮ ਕਰਦੇ ਕੰਟੇਨਰ ਉਹਦੇ ਚ ਕੰਟੇਨਰ ਟਿਕਦੇ ਨੇ ਫਿਰ ਉਹ ਪੋਰਟ ਤੇ ਆਉਂਦਾ ਫਿਰ ਉਸ ਤੋਂ ਬਾਅਦ ਉਹ ਦੂਜੇ ਪਾਸੇ ਜਾਂਦਾ ਸਾਹਮਣੇ ਅਮਰੀਕਾ ਤੇ ਉਹ ਪੋਰਟ ਤੋਂ ਪੋਰਟ ਇਹੀ ਸਾਰਾ ਜਿਹੜਾ ਇਹ ਪਾਣੀ ਆ ਇਹ ਕਿਊਬਿਕ ਚ ਮੌਂਟਰੀਅਲ ਤੋਂ ਕਿਊਬਿਕ ਕਿਊਬਿਕ ਚੋਂ ਟੱਪ ਕੇ ਫਿਰ ਇਹ ਪ੍ਰਸ਼ਾਂਤ ਮਹਾਸਾਗਰ ਜਿਹੜਾ ਕਿ ਇੰਡੀਆ ਨਾਲ ਵੀ ਲੱਗਦਾ ਉਹ ਪਾਣੀ ਹੈ ਤੁਹਾਡੇ ਲਈ ਵੀ ਦੱਸ ਦਈਏ ਜੀ ਬੜੀ ਦੂਰ ਜਾਂਦਾ ਪਾਣੀ ਬੜੀ ਦੂਰ ਜਾਂਦਾ ਪਾਣੀ ਸੋ ਪਾਣੀ ਜੇ ਤੁਸੀਂ ਕੋਈ ਚੀਜ਼ ਛਟੋਗੇ ਤਾਂ ਇੰਡੀਆ ਪਹੁੰਚ ਜੂ ਅੱਜ ਨਹੀਂ ਤਾਂ ਕੱਲ ਨਹੀਂ ਚੱਲ ਜਾਣਗੇ ਇੱਥੋਂ ਹਾਂ ਛਾਲ ਮਾਰੋ ਤਾਂ ਤੁਸੀਂ ਇੰਡੀਆ ਜਾ ਸਕਦੇ ਹੋ ਆ ਜੇ ਮੈਪ 'ਚ ਦੇਖਦੇ ਆ ਮਤਲਬ ਇਹ ਬਰੀਕ ਜਿੰਨੀ ਇਹ ਉੱਧਰ ਹੀ ਆ ਨਾਇਗਰਾ ਫਾਲ ਪਾਣੀ ਸਾਰਾ ਕਿਊਬਿਕ ਵੀ ਦੀ ਮਤਲਬ ਕਿ ਕੈਨੇਡਾ ਤੋਂ ਬਾਹਰ ਹੋ ਗਏ ਅਮਰੀਕਾ ਤੋਂ ਬਾਹਰ ਹੋ ਗਏ ਫਿਰ ਪ੍ਰਸ਼ਾਂਤ ਮਹਾਸਾਗਰ 'ਚ ਰਲਦਾ ਤੇ ਪ੍ਰਸ਼ਾਂਤ ਮਹਾਸਾਗਰ ਬਹੁਤ ਦੂਰ ਜਾਂਦਾ ਭਾਈ ਇਹ ਤੇ ਲਓ ਜੀ ਹੁਣ ਖਾ ਪੀ ਲਈਏ ਭੁੱਖ ਲੱਗੀ ਪਈ ਹੈ ਹਾਂ ਉੱਧਰ ਵਾਲੇ ਸੰਗਲ ਨੇ ਜੀ ਦਾਦੇ ਦੇ ਵਿੱਚ ਉਧਰ ਹੁਣ ਤੁਹਾਨੂੰ ਪਰਲੇ ਸ਼ੋਰ ਤੇ ਲੈ ਕੇ ਜਾਂਦੇ ਆ ਬਹੁਤ ਹੀ ਸੋਹਣਾ ਹੈਗਾਗਾ ਬਰਲਿੰਟਨ ਘੁੰਮਣ ਨੂੰ ਬਹੁਤ ਕੁਛ ਹੈਗਾਗਾ ਇੱਡੀ ਕੋਈ ਚੱਕਰ ਨਹੀਂ ਹੈਗਾ ਹਨਾ ਵੀ ਕੁਛ ਘੁੰਮਣ ਨੂੰ ਨਹੀਂ ਮਿਲਣਾ ਸੋ ਲੇਕਾਂ ਬਹੁਤ ਹੈਗੀਆਂ ਹੈਗੀਆਂ ਜਗ੍ਹਾ ਇੱਦਾਂ ਦੀ ਬਹੁਤ ਹੈਗੀ ਆ ਕਿ ਤੁਸੀਂ ਛੁੱਟੀ ਛੱਟੀ ਆ ਤਾਂ ਤੁਸੀਂ ਉੱਥੇ ਆ ਕੇ ਨਾ ਬੈਠ ਸਕਦੇ ਹੋਗੇ ਤੇ ਫੈਮਿਲੀ ਨਾਲ ਆਪਣਾ ਟਾਈਮ ਸਪੈਂਡ ਕਰ ਸਕਦੇ ਹੋਗੇ ਸਬਸਕ੍ਰਾਈਬ ਕਰ ਦਿਓ ਚੈਨਲ ਨਹੀਂ ਕੱਲੇ ਕੱਲੇ ਦੇ ਘਰੇ ਆ ਕੇ ਨਾ ਫੋਨ ਭੰਨ ਦਿਓ ਆ ਜਾਓ ਥੱਲੇ ਆ ਜਾਓ ਆਪ ਕਿੰਨਾ ਸੋਹਣਾ ਵਿਊ ਹੈ ਇੱਥੇ ਬਹੁਤ ਸੋਹਣਾ ਵਿਊ ਬਹੁਤ ਘੈਂਟ ਮੇਨ ਐਪਲੀਕੈਂਟ ਨੇ ਦੂਜੇ ਐਪਲੀਕੈਂਟ ਨੂੰ ਫੜ ਕੇ ਲਾ ਰਹੇ ਨੇ ਆ ਤਾਂ ਬਾਈ ਸਲੋ ਮੋਸ਼ਨ 'ਚ ਪਾਉਣੀ ਪੈਣੀ ਵੀਡੀਓ ਸਹੀ ਆ ਸਹੀ ਆ ਸਹੀ ਆ
ਕਿਵੇਂ ਲੱਗਿਆ ਵੀ ਸਾਡੇ ਸ਼ਹਿਰ ਚ ਆ ਕੇ ਫਿਰ ਜੰਨਤ ਨਾ? ਮੈਂ ਕਹਿੰਦਾ ਪੂਰੀ ਜੰਨਤ ਆ ਬਾਬੇ। ਬਸ ਇਸੇ ਕਰਕੇ 2 ਸਾਲ ਹੋ ਗਏ ਇੱਥੇ ਹੀ ਆ, ਮੈਂ ਬ੍ਰੈਂਪਟਨ ਗਿਆ ਨਹੀਂ। ਨਹੀਂ ਸੀਰੀਅਸਲੀ ਬਹੁਤ ਵਧੀਆ ਯਾਰ, ਜੀ ਲੱਗਦਾ ਪੂਰਾ ਜੀ ਲੱਗਦਾ। ਜੇ ਤੁਸੀਂ ਇੱਥੇ ਮਤਲਬ ਕਿ ਐਜ਼ ਅ ਫੈਮਿਲੀ ਵੀ ਰਹਿ ਰਹੀ ਆ ਨਾ, ਜਦੋਂ ਤੁਹਾਡਾ ਫਰੈਂਡ ਸਰਕਲ ਰਹਿ ਰਿਹਾ ਤਾਂ ਬਹੁਤ ਵਧੀਆ ਹੈਗਾ। ਕੋਈ ਐਡਾ ਚੱਕਰ ਨਹੀਂ ਹੈਗਾ ਵੀ ਬ੍ਰੈਂਪਟਨ ਹੀ ਹੈ ਜਿਹੜਾ ਹੈ ਨਾ, ਇੱਥੇ ਹੀ ਰਹੋ। $50 ਕੱਟੋ ਓਵਰ ਐਕਟਿੰਗ ਦੇ। ਅਸੀਂ ਆ ਗਏ ਸੀ ਹੁਣ ਵਾਪਸ ਆਪਦੇ ਸ਼ਹਿਰ ਬ੍ਰੈਂਪਟਨ। ਤੇ ਜਿਵੇਂ ਤੁਹਾਨੂੰ ਵਲੌਗ ਦੇਖ ਕੇ ਪਤਾ ਲੱਗ ਹੀ ਗਿਆ ਕਿ ਅਸੀਂ ਗਏ ਸੀਗੇ ਬਰਲਿੰਗਟਨ। ਸੋ ਅਸੀਂ ਫਸਟ ਟਾਈਮ ਵਿਜ਼ਿਟ ਕੀਤਾ ਸੀ ਉੱਥੇ, ਤੇ ਸਾਨੂੰ ਮੈਨੂੰ ਤਾਂ ਲਾਈਕ ਪਰਸਨਲੀ ਸਿਟੀ ਬਹੁਤ ਵਧੀਆ ਲੱਗੀ, ਕਿਉਂਕਿ ਇਹ ਤੋਂ ਪਹਿਲਾਂ ਅਸੀਂ ਹੋਰ ਵੀ ਬਹੁਤ ਜਗ੍ਹਾ 'ਤੇ ਵਿਜ਼ਿਟ ਕੀਤਾ ਸੀ, ਜਿਵੇਂ ਮੌਂਟਰੀਅਲ ਗਏ ਸੀਗੇ ਜਾਂ ਵਿੰਡਸਰ ਗਏ ਸੀਗੇ, ਪਰ ਲਾਈਕ ਉੱਥੇ ਦਿਲ ਨਹੀਂ ਸੀ ਲੱਗਦਾ, ਉਹ ਇੱਦਾਂ ਲੱਗਦਾ ਸੀ ਮੈਂ ਕਿਸੇ ਉੱਪਰੀ ਜਿਹੀ ਜਗ੍ਹਾ 'ਤੇ ਆ ਗਏ ਹਾਂ। ਗਏ ਸੀ ਉੱਥੇ ਪੇਂਡੂ ਕੈਨੇਡੀਅਨ ਨੂੰ ਮਿਲਣ, ਬਾਈ ਬਹੁਤ ਹੀ ਮਿਲਣਸਾਰ ਹੈ, ਜਿੱਦਾਂ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖਦੇ ਹੋ ਬਾਈ, ਬਿਲਕੁਲ ਸੇਮ ਟੂ ਸੇਮ ਤੁਹਾਨੂੰ ਉੱਦਾਂ ਦਾ ਹੀ ਮਿਲੂਗਾ। ਸਾਨੂੰ ਤਾਂ ਕੋਈ ਇੱਦਾਂ ਦੀ ਫੀਲਿੰਗ ਜੀ ਨਹੀਂ ਆਈ ਹੈ ਨਾ ਕਿ ਬਾਈ ਨੇ ਬਹੁਤ ਫੀਲਿੰਗ ਚੱਕੀ ਹੋਈ ਆ ਨਾ, ਔਰ ਇੱਦਾਂ ਦਾ ਕੋਈ ਚੱਕਰ ਨਹੀਂ। ਜਮਾਂ ਬਾਈ ਸਿੱਧੇ ਸੁਭਾਅ ਦਾ, ਆਪਣੇ ਡਾਊਨ ਟੂ ਅਰਥ ਆ, ਹਰੇਕ ਦੀ ਬਾਈ ਹੈਲਪ ਕਰਦਾ ਹੈ ਨਾ। ਅਤੇ ਆਪਾਂ ਬਾਈ ਨੂੰ ਇੱਕ ਮੈਸੇਜ ਹੀ ਕੀਤਾ ਸੀਗਾ, ਉਹਦੀ ਵੀਡੀਓ 'ਤੇ ਕੀਤਾ ਸੀ, ਉਹ ਵੀ ਮੈਸੇਜ ਕੋਈ ਪਰਸਨਲ ਨਹੀਂ ਕੀਤਾ ਸੀ, ਬਾਈ ਨੇ ਵੀਡੀਓ 'ਤੇ ਆਪਾਂ ਨੂੰ ਕਿਹਾ ਸੀਗਾ ਕਿ ਮੈਨੂੰ ਜਾ ਕੇ ਇੰਸਟਾਗ੍ਰਾਮ 'ਤੇ ਤੁਸੀਂ ਮੈਸੇਜ ਕਰ ਦਿਉ, ਅਤੇ ਇੰਸਟਾਗ੍ਰਾਮ 'ਤੇ ਆਪਾਂ ਜਾ ਕੇ ਉਹਨਾਂ ਬਾਈ ਨਾਲ ਮੈਸੇਜ ਕੀਤਾ ਅਤੇ ਬਾਈ ਨੇ ਨਾਲ ਦੀ ਨਾਲ ਹੀ ਆਪਾਂ ਨੂੰ ਰਿਪਲਾਈ ਕਰਤਾ ਸੀਗਾ। ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਈ ਕਿੰਨਾ ਲਾਈਕ ਡਾਊਨ ਟੂ ਅਰਥ ਆ ਹੈ ਨਾ। ਜੇਕਰ ਤੁਸੀਂ ਵੀ ਕੋਈ ਉਹਨੂੰ ਮੈਸੇਜ ਕਰਦੇ ਹੋ ਨਾ, ਤੁਹਾਨੂੰ ਵੀ ਨਾਲ ਦੀ ਨਾਲ ਰਿਪਲਾਈ ਕਰ ਦਿੰਦਾ। ਸੋ ਬਾਕੀ ਜਿੱਦਾਂ ਦਾ ਉਹ ਵੀਡੀਓ ਦੇ ਵਿੱਚ ਆ ਤੁਹਾਡੇ ਨਾਲ ਹੈ ਨਾ, ਤੁਸੀਂ ਵੀਡੀਓ ਸਾਰੇ ਦੇਖਦੇ ਹੋ ਬਾਈ ਦੀ ਹੈ ਨਾ, ਜਿੱਦਾਂ ਵੀ ਉਹ ਵੀਡੀਓ ਦੇ ਵਿੱਚ ਆ ਉੱਦਾਂ ਸੇਮ ਟੂ ਸੇਮ ਹੀ ਹੈ ਨਾ ਰੀਅਲ ਦੇ ਵਿੱਚ ਆ। ਰੀਅਲ ਦੇ ਵਿੱਚ ਤਾਂ ਕਹਿ ਸਕਦੇ ਆਪਾਂ ਹੋਰ ਵੀ ਬਾਈ ਸਾਊ ਆ ਨਾ। ਲਾਈਕ ਕਈ ਲੋਕਾਂ ਦੇ 2 ਪਰਸਨੈਲਿਟੀਜ਼ ਹੁੰਦੀਆਂ, ਲਾਈਕ ਔਨ ਕੈਮਰਾ ਹੋਰ ਹੁੰਦੇ ਆ ਤੇ ਬੈਕ ਕੈਮਰਾ ਹੋਰ ਹੁੰਦੇ ਆ, ਬਟ ਅਸੀਂ ਖੁਦ ਪਹਿਲੀ ਵਾਰ ਮਿਲੇ ਹਾਂ ਤਾਂ ਸਾਨੂੰ ਜਿਵੇਂ ਅਸੀਂ ਵੀ ਵੀਡੀਓਜ਼ ਦੇਖਦੇ ਹੁੰਦੇ ਸੀ, ਲਾਈਕ ਜਿਵੇਂ ਵੀਡੀਓਜ਼ ਦੇ ਵਿੱਚ ਸੀ ਉੱਦਾਂ ਹੀ ਨਾਰਮਲ ਲਾਈਫ ਦੇ ਵਿੱਚ ਵੀ ਸੀ। ਕਹਿਣ ਦਾ ਮਤਲਬ ਤੁਹਾਨੂੰ ਇਹ ਦੱਸ ਸਕਦੇ ਹਾਂ ਨਾ ਵੀ ਅਸੀਂ ਇੱਕ ਲਾਈਵ ਪਰੂਫ ਆਗੇ ਹੈ ਨਾ, ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਬਾਈ ਦੀ ਪਰਸਨੈਲਿਟੀ ਕਿੱਦਾਂ ਆ ਗਈ ਜਮਾਂ ਸੇਮ ਟੂ। ਜਿਹੜੇ ਬਾਈ ਨੂੰ ਸਮਝਦੇ ਹੋਣਗੇ ਕਿ ਬਾਈ ਯਾਰ ਵੀਡੀਓ ਦੇ ਵਿੱਚ ਇੱਦਾਂ ਜਾਂ ਉੱਦਾਂ, ਇੱਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੈਗੀ ਬਾਈ, ਬਹੁਤ ਹੀ ਹੈ ਨਾ ਕਹਿੰਦਾ ਕਿ ਸਨਾਈਸ ਆ ਬਾਈ ਹੈ ਨਾ। ਸੋ ਜੇ ਤੁਹਾਨੂੰ ਵੀ ਕਦੇ ਵੀ ਹੈਲਪ ਦੀ ਲੋੜ ਹੁੰਦੀ ਪਈ ਹੈ ਨਾ, ਤੁਸੀਂ ਬਾਈ ਨੂੰ ਸਿੱਧਾ ਰਾਬਤਾ ਕਰ ਲਓ, ਤੁਹਾਡੀ 101% ਤੁਹਾਡੀ ਨਾ ਜਿਹੜੀ ਹੈਲਪ ਹੋਊਗੀ। ਸੋ ਬਾਕੀ ਆਪਾਂ ਉੱਥੇ ਗਏ ਸੀ, ਤੁਸੀਂ ਸਾਰੀ ਪੁਰਾਣੀ ਪਿੱਛੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ ਹੈ ਨਾ। ਬਾਈ ਨੂੰ ਮਿਲੇ, ਆਪਾਂ ਘੁੰਮੇ ਫਿਰੇ ਬਰਲਿੰਟਨ ਬਾਰੇ ਤੁਹਾਨੂੰ ਦੱਸ ਦਈਏ। ਬਰਲਿੰਟਨ ਬਹੁਤ ਵਧੀਆ ਸਿਟੀ ਆ, ਲਾਈਕ ਆ ਬ੍ਰੈਂਪਟਨ ਦਾ, ਬ੍ਰੈਂਪਟਨ ਤੋਂ ਵੀ ਜ਼ਿਆਦਾ ਵਧੀਆ। ਉਹ ਇੱਦਾਂ ਕਿ ਉੱਥੇ ਸਾਰਾ ਕੁਛ ਨਵਾਂ, ਨਵੇਂ ਘਰ ਬਣ ਰਹੇ ਆ, ਸਾਰਾ ਕੁਛ ਵਧੀਆ ਪਲੇਸਿਸ ਆ ਘੁੰਮਣ ਲਈ ਵੀ ਬਹੁਤ ਕੁਛ ਆ ਉੱਥੇ। ਸੋ ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿ ਜੇ ਤੁਸੀਂ ਬਰਲਿੰਟਨ 'ਚ ਰਹਿ ਰਹੇ ਹੋ ਤੁਹਾਡੇ ਦਿਲ ਨਹੀਂ ਲੱਗਣਾ, ਤੁਹਾਡਾ ਦਿਲ ਵੀ ਲੱਗੂ ਉੱਥੇ, ਸਾਰਾ ਕੁਛ ਹੈਗਾ। ਗੁਰਦੁਆਰਾ ਵੀ ਹੈ ਛੋਟਾ ਜਿਹਾ ਗੁਰਦੁਆਰਾ ਉੱਥੇ, ਪਰ ਅਸੀਂ ਗਏ ਨਹੀਂ, ਸਾਡਾ ਥੋੜ੍ਹਾ ਟਾਈਮ ਨਹੀਂ ਲੱਗਿਆ, ਇਸ ਕਰਕੇ ਆਪਣੇ ਉੱਥੇ ਜਾ ਨਹੀਂ ਹੋਇਆ। ਅਤੇ ਬਾਕੀ ਉੱਥੇ ਇੱਕ ਅੱਜ ਲੋਕਡਾਊਨ ਲੱਗ ਗਿਆ, ਉਹਦੇ ਕਰਕੇ ਉੱਥੇ ਸਾਰਾ ਕੁਛ ਬੰਦ ਹੋ ਗਿਆ ਸੀਗਾ। ਬਸ ਆਪਾਂ ਉੱਥੇ ਥੋੜ੍ਹਾ ਬਹੁਤ ਬਾਈ ਨੂੰ ਮਿਲੇ, ਗੱਲਾਂ ਬਾਤਾਂ ਕੀਤੀਆਂ, ਅਤੇ ਆਪਾਂ ਉੱਥੇ ਪਰੌਂਠੇ ਖਾਧੇ ਹੈ ਨਾ, ਆਲੂ ਵਾਲੇ ਬੜੇ ਵਿਸ਼ਵਾਸ ਸੀਗੇ। ਸੋ ਕਹਿਣ ਦਾ ਮਤਲਬ ਕਿ ਵਧੀਆ ਬਾਈ ਨਾਲ ਮਿਲ ਕੇ ਦਿਲ ਖੁਸ਼ ਹੋ ਗਿਆ ਹੈ ਨਾ। ਸੋ ਇੱਕ ਵਾਰੀ ਹੁੰਦਾ, ਕਈਆਂ ਆਏ ਹੁੰਦਾ ਕਿ ਆਪਾਂ ਨੂੰ ਵੀਡੀਓ ਦੇ ਵਿੱਚ ਬੰਦੇ ਹੋਰ ਦੇਖਦੇ ਹੁੰਦੇ ਆ, ਅਸਲ ਪਰਸਨੈਲਿਟੀ ਉਹਨਾਂ ਦੀ ਹੋਰ ਹੁੰਦੀ, ਪਰ ਇੱਦਾਂ ਦੀ ਕੋਈ ਚੱਕਰ ਨਹੀਂ ਬਾਈ, ਜਮਾਂ ਸਿੰਪਲ ਅਤੇ ਸਾਰਾ ਕੁਛ ਸੇਮ ਆ, ਵਧੀਆ ਠੀਕ ਆ ਓਕੇ ਆ ਹੈ ਨਾ। ਸੋ ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸੋ ਹੁਣ ਅੱਗੇ ਆਪਾਂ ਤੁਹਾਡੇ ਲਈ ਬਹੁਤ ਵਧੀਆ ਵੀਡੀਓਜ਼ ਲੈ ਕੇ ਆਵਾਂਗੇ, ਤੇ ਹੁਣ ਆਪਾਂ ਛੇਤੀ ਛੇਤੀ ਵੀਡੀਓਜ਼ ਪਾਇਆ ਕਰਾਂਗੇ। ਲਾਈਕ ਅੱਗੇ ਹੁੰਦਾ ਸੀ ਕਿ ਅਸੀਂ ਘੱਟ ਵੀਡੀਓਜ਼ ਪਾਉਂਦੇ ਸੀ, ਹੁਣ ਅਸੀਂ ਜ਼ਿਆਦਾ ਵੀਡੀਓਜ਼ ਪਾਇਆ ਕਰਾਂਗੇ। ਪਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓਜ਼ ਵੀ ਲਾਈਕ ਕਰ ਦਿਓ। ਤੇ ਬਾਈ ਤੋਂ ਆਪਾਂ ਥੋੜ੍ਹਾ ਜਿਹਾ ਹੁਣ ਗਿਆਨ ਵੀ ਲੈ ਕੇ ਆਉਂਦਾ ਹੈ ਨਾ ਵੀ ਬਾਈ ਅਸੀਂ ਨਵੇਂ ਨਵੇਂ ਆ, ਕੀ ਚੀਜ਼ਾਂ ਕਰਨੀਆਂ ਚਾਹੀਦੀਆਂ। ਬਾਈ ਨੇ ਸਾਡੀ ਬਹੁਤ ਹੈਲਪ ਕੀਤੀ ਇਹਨਾਂ ਚੀਜ਼ਾਂ 'ਚ ਵੀ, ਤੁਸੀਂ ਇੱਦਾਂ ਕਰੋ ਇੱਦਾਂ ਕਰੋ, ਨਹੀਂ ਤੁਹਾਨੂੰ ਕੋਈ ਦੱਸ ਦਿੰਦਾ। ਅਸੀਂ ਵੀ ਨਵੀਂ ਨਵੀਂ ਸਟਾਰਟਿੰਗ ਕੀਤੀ ਸੀ ਤਾਂ ਬਹੁਤ ਲੋਕੀ ਲਾਈਕ ਸਾਨੂੰ ਨੈਗੇਟਿਵ ਵੀ, ਮਤਲਬ ਜਦੋਂ ਹਨਾ ਤੁਹਾਡੇ ਕਈ ਲੋਕ ਹੁੰਦੇ ਆ ਜਿਹੜੇ ਨੈਗੇਟਿਵ ਕਮੈਂਟਸ ਕਰਦੇ ਆ ਤੇ ਤੁਹਾਨੂੰ ਸਹੀ ਰਾਏ ਨਹੀਂ ਦਿੰਦੇ। ਸੋ ਅਸੀਂ ਅੱਜ ਗਏ ਵੀ ਤਾਂ ਸੀਗੇ, ਸੋ ਅੱਜ ਸਾਨੂੰ ਇੱਕ ਹੋਰ ਪੋਜ਼ਿਟਿਵਿਟੀ ਮਿਲੀ ਆ, ਅਸੀਂ ਬਹੁਤ ਵੱਡੀ ਪੋਜ਼ਿਟਿਵਿਟੀ ਮਿਲੀ ਅੱਜ ਸਾਨੂੰ ਹਨਾ ਬਾਈ ਤੋਂ, ਹਨਾ ਬਾਈ ਦੀਆਂ ਗੱਲਾਂ ਸੁਣ ਕੇ। ਅਤੇ ਇਸ ਕਰਕੇ ਹੈ ਨਾ ਜਦੋਂ ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਆ ਤਾਂ ਫਿਰ ਤੁਸੀਂ ਜ਼ਿਆਦਾ ਹੋਰ ਵਰਕ ਹਾਰਡ ਕਰਦੇ ਹੋ ਹੈ ਨਾ, ਜ਼ਿਆਦਾ ਤੁਸੀਂ ਆਪਣਾ ਉਸ ਚੀਜ਼ 'ਤੇ ਫੋਕਸ ਕਰਦੇ ਹੋ ਜਿਹੜੀ ਚੀਜ਼ ਤੁਸੀਂ ਕਰਨੀ ਹੁੰਦੀ ਆ ਹੈ ਨਾ। ਸੋ ਇਸ ਕਰਕੇ ਪੋਜ਼ਿਟਿਵਿਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਇਸ ਵੀਡੀਓ ਲੋਕਾਂ ਦੀਆਂ ਦੇਖਦੇ ਹੋ ਨਾ, ਹਰੇਕ ਨੂੰ ਤੁਸੀਂ ਪੋਜ਼ਿਟਿਵ ਕਮੈਂਟ ਦਿਓ, ਪੋਜ਼ਿਟਿਵਿਟੀ ਦਿਓ। ਜੇ ਕੋਈ ਚੀਜ਼ ਗਲਤ ਵੀ ਕਰਦਾ ਹੈ ਨਾ, ਉੱਥੇ ਤੁਸੀਂ ਉਹਨੂੰ ਐਜ਼ ਏ ਛੋਟੇ ਜਿਹੇ ਕਮੈਂਟ 'ਚ ਤੁਸੀਂ ਕਹਿ ਸਕਦੇ ਹੋ ਨਾ ਵੀ ਬਾਈ ਤੂੰ ਇੱਥੇ ਆਹ ਚੀਜ਼ ਰੋਂਗ ਕਰ ਰਿਹਾ, ਉਹਨੂੰ ਤੁਸੀਂ ਸਹੀ ਕਰ ਲਾ। ਇੰਸਟੈਡ ਓਕੇ ਬਾਈ ਨੂੰ ਕਿਸੇ ਵੀ ਬੰਦੇ ਨੂੰ ਆਪਾਂ ਬੁਰਾ ਭਲਾ ਕਹੀਏ ਹੈ ਨਾ, ਇਸ
ਤੁਸੀਂ ਪ੍ਰੋਪਰ ਵੇ ਨਾਲ ਬੰਦੇ ਨੂੰ ਦੱਸ ਸਕਦੇ ਹੋ ਬਾਈ ਤੂੰ ਇਸ ਚੀਜ਼ ਦੇ ਇੱਥੇ ਇੱਦਾਂ ਕਰ ਰਿਹਾ ਤੂੰ ਇਹਨੂੰ ਇੱਦਾਂ ਕਰ ਲਾ ਇਹ ਸੀਗਾ ਅੱਜ ਦਾ ਦੇਣਾ ਸੀ ਆਪਾਂ ਕਿੱਦਾਂ ਬਾਈ ਨੂੰ ਮਿਲੇ ਅਤੇ ਬਾਕੀ ਤੁਸੀਂ ਵੀਡੀਓ ਦੇਖ ਹੀ ਲਈ ਹੈ ਸਾਰੀ ਹੈ ਨਾ ਅਤੇ ਕਮੈਂਟ ਕਰਕੇ ਦੱਸ ਦਿਓ ਅਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਅੱਗੇ ਤੁਹਾਡੇ ਲਈ ਹੋਰ ਵਧੀਆ 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 ਵੀਡੀਓ ਲੈ ਕੇ ਆਵਾਂਗੇ ਬਹੁਤ ਵਧੀਆ ਕੰਟੈਂਟ ਲੈ ਕੇ ਆਵਾਂਗੇ ਜਿਹਦੇ ਨਾਲ ਤੁਹਾਡੀ ਸਾਰਿਆਂ ਦੀ ਹੈਲਪ ਹੋਊਗੀ ਜਿਹੜੇ ਨਵੇਂ ਕੈਨੇਡਾ ਆਉਣਾ ਚਾਹੁੰਦੇ ਆ ਸੋ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।